ਦਿਸ ਪ੍ਰੋਗਰਾਮ ਇਜ਼ ਕੋ ਸਪੋਂਸਰਡ ਬਾਏ ਵੈਦ ਆਯੁਰਵੰਸ਼ੀ ਫਾਰਮੇਸੀ ਲੁਧਿਆਣਾ। ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਅਧੀਨ ਪੈਂਦੀ ਇੰਡਸਟਰੀ ਏਰੀਆ ਜੀਵਨ ਨਗਰ ਚੌਂਕੀ ਦੇ ਨਵ ਨਿਯੁਕਤ ਇੰਚਾਰਜ ਦਲਜੀਤ ਸਿੰਘ ਜੀ ਦਾ ਇਲਾਕਾ ਨਿਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜਵੀਰ ਸਿੰਘ ਚੌਟਾਲਾ ਅਤੇ ਉਹਨਾਂ ਦੇ ਨੌਜਵਾਨ ਸਾਥੀਆਂ ਵੱਲੋਂ ਉਹਨਾਂ ਨੂੰ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੇ ਦਾਅਵਾ ਕੀਤਾ ਕਿ ਉਹ ਇਲਾਕੇ ਦੇ ਵਿੱਚ ਨਸ਼ਿਆਂ ਅਤੇ ਕ੍ਰਿਮੀਨਲਸ ਨੂੰ ਮੁਕੰਮਲ ਤੌਰ 'ਤੇ ਠੱਲ ਪਾਉਣਗੇ। ਜੀ ਕਰੰਟ ਰਿਪੋਰਟ ਚੈਨਲ ਮੌਜੂਦ ਹੈ ਜੀ ਇੰਡਸਟਰੀ ਏਰੀਆ ਚੌਂਕੀ ਦੇ ਵਿਚਕਾਰ, ਜਿੱਥੇ ਦਲਜੀਤ ਸਿੰਘ ਜੀ ਚੌਂਕੀ ਇੰਚਾਰਜ ਨਵ ਨਿਯੁਕਤ ਹੋਏ ਨੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜਾ ਇਲਾਕਾ ਇਹਦੇ ਵਿੱਚ ਵਧੀਆ ਸ਼ਾਸਨ ਪ੍ਰਸ਼ਾਸਨ ਦੇਣਗੇ। ਅਤੇ ਗੱਲਬਾਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਸਿੰਘ ਸਾਹਿਬ। ਸਤਿ ਸ਼੍ਰੀ ਅਕਾਲ ਸਰ, ਕੀ ਅੱਜ ਤੁਹਾਨੂੰ ਪਹਿਲਾਂ ਤਾਂ ਵਧਾਈਆਂ, ਕੀ ਇਸ ਤਰ੍ਹਾਂ ਦੀ ਉਮੀਦ ਕਰਦੇ ਹੋ ਤੁਸੀਂ ਇਲਾਕਾ ਵਾਸੀਆਂ ਤੋਂ, ਕਿਸ ਤਰ੍ਹਾਂ ਦਾ ਪ੍ਰਸ਼ਾਸਨ ਦਿਓਗੇ ਪ੍ਰਸ਼ਾਸਨ? ਹਾਂਜੀ, ਜਿਹੜੇ ਇੱਥੇ ਇਲਾਕੇ ਦੇ ਵਿੱਚ ਜਿਹੜੇ ਕ੍ਰਿਮੀਨਲ ਕ੍ਰਾਈਮ ਕਰਦੇ ਆ, ਨਸ਼ਾ ਕਰਦੇ ਆ, ਉਹਨਾਂ ਦੇ ਖਿਲਾਫ਼ ਮੇਰੀ ਪਹਿਲ ਇਹੀ ਹੋਏਗੀ ਕਿ ਉਹਨਾਂ ਨੂੰ ਨਸ਼ਾ ਕਰਨ ਵਾਲਿਆਂ ਨੂੰ ਖਾਸ ਕਰਕੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅਸੀਂ ਅੰਦਰ ਭੇਜੀਏ, ਕਾਰਵਾਈ ਕਰੀਏ। ਸੈਕਿੰਡਲੀ, ਜਿਹੜੇ ਇੱਥੇ ਇੰਡਸਟਰੀਸਟ ਹੈਗੇ ਉਹਨਾਂ ਦੀ ਸਿਕਿਉਰਿਟੀ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਊਗਾ। ਬਾਕੀ ਜੋ ਇਲਾਕੇ 'ਚ ਕਿਸੇ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਆਉਂਦੀ ਹੈ, ਉਹ ਸਿੱਧਾ ਮੇਰੇ ਨੰਬਰ 'ਤੇ ਡਾਇਰੈਕਟ ਮੈਨੂੰ ਫੋਨ ਕਰ ਸਕਦਾ, ਉਸੇ ਵੇਲੇ ਕੋਈ ਐਕਸ਼ਨ ਹੋਊਗਾ। ਕ੍ਰਾਈਮ ਕਰਨ ਵਾਲੇ ਨੂੰ ਕਿਸੇ ਵੀ ਤਰ੍ਹਾਂ ਨਾਲ ਬਖਸ਼ਿਆ ਨਹੀਂ ਜਾਊ। ਸਰ, ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਤੋਂ ਕੀ ਉਮੀਦ ਕਰਦੇ ਹੋ, ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਵੀ ਨਸ਼ਿਆਂ ਤੋਂ ਦੂਰ ਰਹਿਣ ਨੌਜਵਾਨ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼? ਨੌਜਵਾਨ ਪੀੜ੍ਹੀ ਨੂੰ ਮੇਰਾ ਇਹੀ ਸੰਦੇਸ਼ ਹੈ, ਜੇ ਤੁਹਾਨੂੰ ਕਿਤੇ ਗਲੀ ਮੁਹੱਲੇ ਜਾਂ ਕਿਤੇ ਕੋਈ ਬਾਹਰਲਾ ਬੰਦਾ ਆ ਕੇ ਦਿਖ ਰਿਹਾ ਉਹ ਨਸ਼ਾ ਵੇਚ ਰਿਹਾ ਜਾਂ ਕਿਸੇ ਨੂੰ ਦੇ ਰਿਹਾ, ਤਾਂ ਉਹਦੀ ਪਲੀਜ਼ ਉਹਦੀ ਕੰਪਲੇਂਟ ਉਸੇ ਵੇਲੇ ਸਾਨੂੰ ਮੇਰੇ ਮੋਬਾਈਲ ਫੋਨ ਨੰਬਰ 'ਤੇ ਦੇਣ, ਤਾਂ ਕਿ ਪੁਲਿਸ ਨੂੰ ਪਤਾ ਲੱਗ ਸਕੇ ਔਰ ਇਹੋ ਜਿਹੀ ਐਕਟੀਵਿਟੀ ਮੁਹੱਲੇ ਦੇ ਵਿੱਚ ਅਸੀਂ ਨਹੀਂ ਹੋਣ ਦੇਵਾਂਗੇ। ਇਲਾਕੇ ਦੇ ਵਿੱਚ ਕ੍ਰਾਈਮ ਜਿਹੜਾ, ਇਹਨੂੰ ਖਤਮ ਕਰਨਾ, ਨਸ਼ੇ ਨੂੰ ਖਤਮ ਕਰਨਾ ਮੇਰੀ ਵਿਸ਼ੇਸ਼ ਗੱਲ ਹੈ। ਥੈਂਕ ਯੂ।